ਅਸਲਾਮ ਵਾਲੇਕੁਮ ਚਾਚੂ, ਇੱਧਰ ਆ ਜਾਓ। ਹੁਕਮ ਸਰਕਾਰ ਸਾਡੇ ਕੋਲ ਕੀ ਹੈਗਾ? ਅੱਲਾਹ ਦਾ ਹੁਕਮ ਹੀ ਹੈ। ਅਸੀਂ ਤਾਂ ਬਰਬਾਦ ਹੋਏ ਪਏ ਸਿਰਫ ਬੱਤੀ ਦੇ ਬਿੱਲ ਵੱਲੋਂ, ਬਸ ਸਾਡੇ ਕੋਲ ਹੋਰ ਕੋਈ ਗੱਲ ਨਹੀਂ ਹੈਗੀ। ਨਹੀਂ ਚਲੋ ਇੱਧਰ ਤਾਂ ਆ ਜਾਓ, ਲੇਕਿਨ ਹਕੂਮਤ ਪੈਟਰੋਲ ਦੀਆਂ ਮਸਨੂਆਤ 'ਚ ਕਮੀ ਕਰ ਰਹੀ ਹੈ। ਪੈਟਰੋਲ ਗਰੀਬ ਆਦਮੀ ਪੈਟਰੋਲ ਨੂੰ ਕੀ ਕਰੇਗਾ? ਉਹਦੇ ਕੋਲ ਉਦੋਂ ਸਾਈਕਲ ਤੋਂ ਸਿਵਾ ਹੈਗੀ ਕੁਛ ਨਹੀਂ। ਉਹਦੇ ਘਰ ਲਿਆਉਂਦਾ ਪਿਆ ਕਿਰਾਏ ਦੇ 32 12,000 14,000 ਬੱਠੋ ਬਿੱਲ ਆ ਰਿਹਾ, ਕੀ ਕਰੇ? ਚਾਚੂ ਬੱਤੀ ਕਮ ਇਸਤੇਮਾਲ ਕਰੋ। ਕਿਆ ਕਮ ਇਸਤੇਮਾਲ ਕਰੇ ਬਤਾਏ? ਇੱਕ ਬਲਬ ਚੱਲਿਆ, ਇੱਕ ਪੱਖਾ ਚੱਲਿਆ, ਫਰੀ ਜੋ ਹਮਾਰੇ ਘਰ ਨਹੀਂ ਹੈ। ਅਭੀ 11,000 ਕਾ ਬਿੱਲ ਆਇਆ, ਕਹਾਂ ਸੇ ਦੇ? ਆਪ ਬਤਾਏ ਕਹਾਂ ਸੇ ਕਰਤੇ ਕਿਆ ਆਪ? ਮਜ਼ਦੂਰੀ ਕਰਤੇ ਹੈ, ਕਹੀਂ ਮਿਲ ਜਾਤੀ ਹੈ ਕਭੀ ਨਹੀਂ ਮਿਲਤੀ। 800 ਰੁਪਏ ਦਿਹਾੜੀ ਲੇਤੇ ਹਮ, ਉਸਮੇ ਕਿਆ ਪੂਰਾ ਕਰਾਂ? ਘਰ ਬੱਚੇ ਪਾਲਣੇ ਜਾਂ ਬਿੱਲ ਦੇ? ਅਬ ਇਹ ਜੋ 11,000 ਕਾ ਬਿੱਲ ਆਇਆ, ਕੋਈ ਇਸਕੀ ਆਖਰੀ ਡੇਟ ਕਬ ਹੈ? ਯੇ ਅਬ ਜਮਾ ਕਰਾ ਦੀਏ, ਅਬ ਆਪਸੇ ਪਕੜ ਉਸਸੇ ਪਕੜ ਉਸਸੇ ਪਕੜ ਜਮਾ ਕਰਾ ਦੀਏ। ਕਿਤਨਾ ਕਰਜ਼ਾ ਚੜ ਗਿਆ ਚਾਚੂ ਪੇ? ਅਬ ਹਮਾਰੇ ਪਾਸ 30,000 ਰੁਪਏ ਕਰਜ਼ਾ ਚੜ ਗਿਆ, ਕਹਾਂ ਸੇ ਦੇਂਗੇ ਇਹ ਬੱਤੀ ਕੇ ਬਿੱਲੋਂ ਕੀ ਵਜ੍ਹਾ ਸੇ? ਅਸਲ ਰੋਲਾ ਬੱਤੀ ਕਿਆ ਭਾਈ, ਹੋਰ ਕੋਈ ਬਾਤ ਨਹੀਂ ਹੈ। ਗਰੀਬ ਆਦਮੀ ਸੁੱਖ ਮੈਂ ਨਹੀਂ ਰਹਿ ਸਕਦਾ। ਜੇ ਬੱਤੀ ਕਾ ਬਿੱਲ ਕਮ ਹੋ ਜਾਏ, ਸੂਈ ਗੈਸ ਕਾ ਕਮ ਹੋ ਜਾਏ, ਤੋ ਇਨਸਾਨ ਸੁੱਕੀ ਰੋਟੀ ਖਾ ਲੇਗਾ ਬਸ। ਕਿਤਨੇ ਬੱਚੇ ਹੈ? ਮੇਰੇ ਮਾਸ਼ਾਅੱਲਾ 6 ਬੱਚੇ। ਉਹ ਕਮਾਤੇ ਨਹੀਂ? 2 ਬੇਟੇ ਹੈ, 6 ਬੇਟੀਆਂ ਹੈ। 3 ਬੇਟੇ ਦੀ ਸ਼ਾਦੀ ਕਰਦੀ ਹੈ, 1 ਬੇਟੇ ਦੀ ਕਰਦੀ ਹੈ, ਉਹ ਮਕਾਨ ਕਿਰਾਏ ਪੇ ਹੈ। ਚਲੇ ਸ਼ੁਕਰ ਕਰੇ 3 ਭੈਣੋਂ ਕੀ ਸ਼ਾਦੀਆਂ ਕਰਦੀ। ਹਾਂਜੀ, ਉਹ ਤੋਂ ਬਸ ਅੱਲਾ ਨੇ ਕਰਵਾ ਦੀ। ਬੜਾ ਬੇਟਾ ਮੇਰਾ ਹਾਫਜ਼ ਕੁਰਾਨ ਹੈ। ਉਹ ਕਮਾਈ ਨਹੀਂ, ਉਹ ਕਰਤਾ ਨਹੀਂ ਕੰਮ? ਉਹ ਵੀ ਆਪਣੇ ਬੱਚੇ ਪਾਲਦਾ, ਉਸਕੇ ਵੀ 4 ਬੱਚੇ ਹੈ, ਕਿਆ ਕਰੇਗਾ ਉਹ? ਉਹ ਵੀ ਰੋਤਾ, ਅਬੂ ਜੀ ਬੱਤੀ ਕਾ ਬਿੱਲ 10,000 ਕਾ ਆਇਆ ਮੇਰਾ, ਹੋਰ ਕੋਈ ਰੋਣਾ ਨਹੀਂ ਹੈ ਆਵਾਮ ਕੋ, ਸਿਰਫ ਇਹ ਬੱਤੀ ਕਾ ਬਿੱਲ ਮਾਰ ਗਿਆ ਬਸ। ਅਬ ਇਹ ਦੁਕਾਨ ਹੈ ਕਿਸੀ ਕੀ ਵੀ ਹੈ, 40,000 ਕਾ ਬਿੱਲ ਆ ਗਿਆ, 45,000 ਕਾ ਬਿੱਲ ਆ ਗਿਆ, ਕਿਆ ਕਿਆ ਬੱਲੇ ਆਪਕੇ ਸਾਹਮਣੇ? ਕੁਛ ਵੀ ਨਹੀਂ, ਸਿਰਫ ਬੱਤੀ ਕਾ ਬਿੱਲ ਹੈ ਬਸ। ਹੋਰ ਹਮਾਰੇ ਪਾਸ ਹਮ ਕਿਸੀ ਕੀ ਬੁਰਾਈ ਨਹੀਂ ਕਰਤੇ। ਨਹੀਂ ਨਹੀਂ, ਬੁਰਾਈ ਤੋਂ ਕਰ ਹੀ ਨਹੀਂ ਰਹੇ, ਆਪਣਾ ਦੁਖੜਾ ਸੁਣਾ ਰਹੇ ਬਸ। ਇਹ ਬੱਤੀ ਕਾ ਬਿੱਲ ਨੇ ਹਮੇ ਮਾਰ ਦਿਆ ਹੈ, ਬਰਬਾਦ ਕਰ ਦਿਆ ਮੈਂ। ਗਰੀਬ ਆਦਮੀ ਕਹਾਂ ਸੇ ਕਰੇਗਾ? ਅਬ ਇਹ ਮਜ਼ਦੂਰੀ ਕਰਿਆ, 800 ਰੁਪਏ ਦਿਹਾੜੀ ਲੇਤਾ, ਕਿਆ ਕਰੇਗਾ ਇਹ ਬਤਾਏ ਮੁਝੇ? ਆਪਕਾ ਕਿਤਨਾ ਬਿੱਲ ਆਇਆ, ਬਿਜਲੀ ਕਾ ਬਿੱਲ ਆਤਾ? ਬਿਜਲੀ ਕਾ ਬਿੱਲ ਆਤਾ ਹੈ 14,000 ਰੁਪਏ ਇਸ ਵਾਰ ਆਇਆ ਬਿਜਲੀ ਕਾ ਬਿੱਲ। ਗਰੀਬ ਆਦਮੀ ਕਿਆ ਕਰੇ, ਮਾਰ ਦੀਆਂ ਮੰਗਾਈ ਨੇ, ਬਸ ਕੁਛ ਨਾ ਪੁੱਛੇ, ਮੰਗਾਈ ਤਾਂ ਨਹੀਂ ਹੋਵੇ ਕਿਆ? LPG ਗੈਸ 120 ਸੀ ਜਾਂ 280 ਹੋ ਗਈ ਹੈ, ਚੀਨੀ 90 ਰੁਪਏ ਸੀ, ਆਪ 240 ਰੁਪਏ ਮਿਲ ਰਹੀ ਹੈ, ਕਿਆ ਭਾਉ? ਆਟਾ ਕਿਆ ਭਾਉ ਚਲਾ ਗਿਆ? ਆਲ ਬੋਲ ਕਾ ਡੱਬਾ 270 ਕਾ ਥਾ, 350 ਕਾ ਹੋ ਗਿਆ, ਜੇ 4-5 ਦਿਨੋਂ ਕੇ ਅੰਦਰ 80 ਰੁਪਏ ਡੱਬੇ ਕੇ ਪਿੱਛੇ ਬੜ ਗਏ, 2-4-5 ਰੁਪਏ ਨਹੀਂ ਬੜੇ, 80 ਰੁਪਏ ਇੱਕ ਡੱਬੇ ਕੇ ਪਿੱਛੇ ਬੜੇ, 80 ਰੁਪਏ। ਚੋਰ ਹਕੂਮਤ ਹੈ, ਪੁੱਛਣ ਵਾਲਾ ਕੋਈ ਨਹੀਂ ਹੈ? ਨਹੀਂ, ਹਕੂਮਤ ਚੋਰ ਤਾਂ ਨਹੀਂ ਹੈ। 270 ਕਾ ਥਾ, 350 ਕਾ ਹੋ ਗਿਆ, 80 ਰੁਪਏ ਇੱਕ ਡੱਬੇ ਕੇ ਪਿੱਛੇ ਬੜ ਗਿਆ, ਬੱਚੇ ਕਾ ਭੁੱਖੇ ਮਾਰੇ, ਇਤਨੀ ਮਹਿੰਗਾਈ ਕਹਾਂ ਜਾਏ, ਮੁਝੇ ਬਤਾਏ ਜ਼ਰਾ। ਰੋਟੀ ਨਹੀਂ ਪੂਰੀ ਹੋਤੀ, ਕਿਆ ਕਰੇ? ਸੁਬਹਾ ਸੇ ਲੈ ਕੇ ਸ਼ਾਮ ਤੱਕ ਆਤੇ ਹੈ, ਮਿਹਨਤ ਕਰਦੇ ਹੈ, ਰੋਟੀ ਨਹੀਂ ਪੂਰੀ ਹੋਤੀ। ਅੱਲਾ ਕੋ ਹਾਜ਼ਰ ਨਾਜ਼ਰ ਜਾਣ ਕੇ ਤਾਂ ਆਪਕੀ ਰੋਟੀ ਨਹੀਂ ਪੂਰੀ ਹੋਤੀ? ਨਹੀਂ ਪੂਰੀ ਹੋਤੀ, ਸੁਬਹ ਸੇ ਸ਼ਾਮ ਤੱਕ ਕਾਮ ਕਰਨੇ ਕੇ ਬਾਅਦ, ਸੁਬਹ ਸੇ ਸ਼ਾਮ ਤੱਕ ਕਾਮ ਕਰਨੇ ਕਾ ਰੋਟੀ ਨਹੀਂ ਪੂਰੀ ਹੋਤੀ, ਬਿੱਲ ਮਾਰ ਜਾਤੇ ਹੈ, ਕਿਆ ਕਰੇ? ਬੱਚੇ ਪੜ੍ਹਤੇ ਹੈ, ਕੋਈ ਤਾਂ ਨਹੀਂ ਹੈ, 4 ਬੱਚੇ ਹੈ ਮੇਰੇ, ਕਹਿਣੇ ਕਾ ਮਤਲਬ ਅਕੇਲਾ ਕਮਾਉਣੇ ਵਾਲਾ ਹੂੰ, ਕਿਆ ਕਰੇ? ਡੇਲੀ ਵੇਜਰ ਹੈ, ਯਾਨੀ ਡੇਲੀ ਰੋਜ਼ ਤੇ ਲੈ ਕੇ ਜਾਂਦੇ ਹੋ ਜਾਂ ਮਹੀਨੇ ਬਾਅਦ? ਰੋਜ਼ ਕੇ ਰੋਜ਼ ਡੇਲੀ ਲੈ ਕੇ ਜਾਤੇ ਹੈ। ਪੈਸੇ ਆਪਣੀ ਉਜਰਤ? ਉਜਰਤ ਦਿਹਾੜੀ ਰੋਜ਼ ਕੇ ਰੋਜ਼ ਕਿਤਨੀ ਹੈ? 1,000 ਰੁਪਇਆ, 800 ਹੈ ਤੇ 200 ਉੱਪਰ, 1,000 ਰੁਪਇਆ ਬਣ ਜਾਤਾ ਹੈ। ਬਣ ਜਾਤਾ ਹੈ? ਹਾਂ। ਕਿੰਨੇ ਘੰਟੇ ਕੰਮ ਕਰਦੇ ਹੋ? ਸੁਬਹ 12 ਸੇ ਰਾਤ 12 ਵਜੇ ਤੱਕ, 12 ਘੰਟੇ।
सुबह 12 बजे आते हैं, रात 12:30 बज जाते हैं, बाय टाइम एक भी बज जाता है। अब आपको क्या बताएं, गरीब आदमी क्या करे। कसम खुदा की महंगाई ने मार दिया, बिलों ने मार दिया, खर्चे नहीं पूरे होते, रोटी नहीं पूरी होती, क्या आपको बताऊँ। मैं तो उधर से आपकी बात सुन के तो इधर आया हूँ। मैं कहा अल्लाह करे हुकूमत को सुन लवे साड़ी, ठीक है कि महंगाई दिन ब दिन बढ़ती जा रही। LPG गैस 120 रुपये थी, अब 280 रुपये सेल हो रही है, दसो कितना फर्क पे है। 120 तो 280, 217 तो 350 का डब्बा हो गया। असली दुध का डब्बा जरा लीटर था 250 का सी, 300 का गया। 50-50 रुपये 80-80 रुपये एक डब्बे मगर बद गए ने, एक डब्बे के पिछे बद गए ने। को 5-10 रुपये बदन बंदा कहना ठीक है, 80-80 रुपये बद गए, 50-50 रुपये बद गए एक डब्बे मगर, दुध का डब्बे मगर। दोस्तों गरीब आदमी की करेगा, मैं दसा भुखा नहीं मरेगा तो और की करेगा। और बिल ही नहीं पूरे होंगे, महंगाई नहीं पूरी होंगी, जो बच्चे पढ़ते हैं वो की करेगा, मैंने दसो जरा भुखा नहीं मरेगा तो की करेगा। महंगाई ने इतना परेशान किया है, 14-15 हज़ार रुपये एक आदमी का बिल आया, वो क्या करेगा। एक बिल महीने का दसो, सिर्फ बिजली का बिल, पानी का लादा। तो आपका जिस्म भी जवाब देता है तो होगा भाजी की करिए फिर तो आंदा था। मेहनत करके कहना मतलब बच्चों से कमाना तो है ना, भुखे तो नहीं रहना, या किसी को मंगना नहीं, कोई किसी ने देंदा तो नहीं, कोई एक दफ़ा दे देगा, दो दफ़ा दे, मेहनत ही करनी पैनी, अपनी मेहनत करके कमा के खाना है। इन्ना ताड़ी मेहरबानी हुकूमत है इल्तिजा है कि महंगाई जी है, महंगाई वाल ध्यान करे, तवज्जो दे, महंगाई नू घट करो। लिहाजा जिनी देर तक सर कैदी नंबर 804 नहीं आंदा ना बब्बर शेर, ਉਨੀ ਦੇਰ ਤੱਕ ਸਾਡਾ ਖਾਣਾ ਸਰ ਉਹ ਕੀ ਕਰ ਲੇਗਾ ਕੈਦੀ 804 ਕੀ ਕਰੇਗਾ ਅਗਰ ਮੈਂ ਸਰ ਵੇਖੋ ਇਹ ਤੀਜੀ ਦਹਾ ਚੌਥੀ ਦਹਾ ਸਰ ਬਣੇ ਨੇ ਵਜ਼ੀਰ ਆਜ਼ਮ ਪੀਪਲ ਪਾਰਟੀ ਵਾਲੇ ਵੀ ਉਹਨਾਂ ਦੇ ਵੀ 3 ਦਹਾਟ ਨੇ ਔਰ ਪੂਰਾ ਕੀਤਾ ਅਤੇ ਇਹ ਵੀ ਕਰਦੇ ਪਏ ਨੇ ਤੀਸਰੀ ਚੌਥੀ ਦਹਾ ਇੱਕ ਦਹਾ ਅਗਰ ਉਹਨੂੰ ਮੌਕਾ ਦਿੱਤਾ ਸੀ ਤਾਂ ਉਹਨੂੰ ਪੂਰਾ ਮੌਕਾ ਤਾਂ ਦਿੰਦੇ ਜਦੋਂ ਮੁਲਕ ਉੱਪਰ ਜਾਣ ਲੱਗਾ ਇਹਨਾਂ ਨੇ ਆਪਣੇ ਫਿਤਨੇ ਵਿੱਚ ਪਾਉਣੇ ਸ਼ੁਰੂ ਕਰਤੇ ਇਹ ਉਹ ਕਹਿੰਦੇ ਨੇ ਕਿ ਜੀ ਉਹ ਯਹੂਦੀ ਏਜੰਟ ਹੈ ਉਸ ਦੌਰ 'ਚ ਮਹਿੰਗਾਈ ਨਹੀਂ ਵੇਖਿਆ ਆਵਾਮ ਨਹੀਂ ਰੋਂਦੀ ਸੀ ਸਰ ਉਹਦੇ ਦੌਰ ਦੇ ਵਿੱਚ ਸਰ 150 ਰੁਪਏ ਲੀਟਰ ਤੱਕ ਪੈਟਰੋਲ ਗਿਆ ਉਸ ਉੱਤੇ ਨਹੀਂ ਹੁਣ ਸਰ 250 ਤੋਂ ਉੱਤੇ ਗਿਆ ਉਹ ਕਹਿ ਰਹੇ ਝੂਠ ਬੋਲ ਰਹੇ ਹੋ ਸਰ ਇਹ ਬਹੁਤ ਵੱਡੇ ਜਨਾਬ ਝੂਠ ਬੋਲ ਰਹੇ ਸੱਪ ਨੇ ਸੱਪ ਇਹ ਇਮਰਾਨ ਖਾਨ ਦੀ ਹਕੂਮਤ ਜੂ ਕੌਣ ਕਹਿੰਦਾ ਮਹਿੰਗਾਈ ਨਹੀਂ ਹੋਈ ਹੈ ਕੌਣ ਕਹਿ ਰਹੇ ਨਹੀਂ ਹੋਈ ਹੁਣ ਕੀ ਹੋ ਰਿਹਾ ਮੇਰਾ ਵੀਰ ਤੋ ਮਹਿੰਗਾਈ ਤਾਂ ਹੁੰਦੀ ਜਾਏਗੀ ਜਿੰਨੇ ਆਉਂਦੇ ਰਹਿਣਗੇ ਮਹਿੰਗਾਈ ਵੱਧਦੀ ਜਾਏਗੀ ਆਮ ਵਸੇ ਕੋਈ ਨਹੀਂ ਸੋਚਦਾ ਉਹ ਸੋਚਣ ਲੱਗਾ ਸੀ ਦੱਸੋ ਨੂਨ ਲੀਗ ਦੇ ਦੌਰ 'ਚ ਮਹਿੰਗਾਈ ਹੋਈ ਕਿ ਨਹੀਂ ਹੋਈ ਹੋਈ ਹੈ ਬੇਤਾਸ਼ਾ ਹੀ ਹੈ ਇੰਨੀ ਮਹਿੰਗਾਈ ਹੋ ਗਈ ਹੈ ਇੱਕ ਗਰੀਬ ਆਦਮੀ 1000 ਰੁਪਏ ਦਿਹਾੜੀ ਕਮਾਉਂਦਾ 30,000 ਰੁਪਏ ਮਹੀਨਾ ਹੈ 28-30 ਹਜ਼ਾਰ ਰੁਪਏ ਬਿੱਲ ਆਏਗਾ ਸੂਈ ਗਿਆ ਤਾਂ ਬਿੱਲ ਕਿੱਥੋਂ ਭਰੇਗਾ ਖਾਏਗਾ ਕਿੱਥੋਂ ਮੈਨੂੰ ਦੱਸੋ ਸਰ ਜੀ ਕਿੱਥੋਂ ਖਾਏਗਾ ਇਹ 1000 ਰੁਪਏ ਦਿਹਾੜੀ ਵਾਲਾ ਬੰਦਾ ਜੇ ਇਹ ਸਾਹਮਣੇ ਪਾਨ ਵਾਲੇ ਖੋਖੇ ਤੇ ਕੰਮ ਕਰਦਾ ਹੈ ਕਿੱਥੋਂ ਖਾਏਗਾ ਤੇ ਹਲੇ ਵੀ ਵੇਖੋ ਇਹਨਾਂ ਦੀ ਤੁਸੀਂ ਕਿ ਨੂਨ ਲੀਗ ਦੇ ਦੀਵਾਨੇ ਨੇ ਕਿ ਅਗਲਿਆਂ ਨੇ ਘੱਗਰ ਕਰਤੀ ਹੈ ਤਾਂ ਫਿਰ ਵੀ ਨੂਨ ਲੀਗ ਦੇ ਦੀਵਾਨੇ ਨੇ ਦੱਸੋ ਮੈਂ ਕਿਸੇ ਨੂਨ ਲੀਗ ਦੀ ਜਾਂ ਪੀਪਲਸ ਪਾਰਟੀ ਦੀ ਕਿਸੇ ਦੀ ਗੱਲ ਕੀਤੀ ਹੈ ਮੈਂ ਗੱਲ ਕੀਤੀ ਫੌਜ ਦੀ ਕਿ ਫੌਜ ਆ ਕੇ ਬਹਿ ਜਾਏ ਜਿਵੇਂ ਜ਼ਾਬਲਕ ਬੈਠਾ ਹੈ ਤੇ ਪ੍ਰਯੋਗ ਮਿਸ਼ਰ ਬੈਠਾ ਹੈ ਦੌਰ ਤੇ ਯੂਬ ਦਾ ਵੀ ਬੜਾ ਆਈਡੀਅਲ ਸੀ ਹਾਂ ਉਹ ਤਾਂ ਮੈਂ ਨਹੀਂ ਸੀ ਉਹ ਤਾਂ ਮੈਂ ਨਹੀਂ ਸੀ ਮੈਂ ਵੀ ਨਹੀਂ ਸੀ ਮੈਂ ਕਿਹੜਾ ਉਦੋਂ ਕੈਂਚੇ ਖੇਡਦਾ ਸੀ ਅਸੀਂ ਜਿਹੜਾ ਅਸੀਂ ਕਿਤਾਬਾਂ ਪੜ੍ਹੀਆਂ ਨੇ ਅਸੀਂ ਜਿਹੜਾ ਦੌਰ ਵੇਖਿਆ ਸੀ ਉਹਦੀ ਗੱਲ ਕਰ ਰਹੇ ਹਾਂ ਅਸੀਂ ਜਿਹੜਾ ਦੌਰ ਵੇਖਿਆ ਜ਼ਾਬਲਕ ਦਾ ਵੇਖਿਆ ਅੱਛਾ ਦੌਰ ਵੇਖਿਆ ਸਾਡਾ ਪਿਓ ਇਕੱਲਾ ਕਮਾਉਣ ਵਾਲਾ ਸੀ ਅਸੀਂ 9 ਜੀ ਖਾਣ ਵਾਲੇ ਸੀ ਅਤੇ ਸ਼ੁਕਰ ਹੈ ਸਾਡੇ ਕੋਲ ਫਿਰ ਮਾਲ ਡੰਗਰ ਹੈਗਾ ਸੀ ਅਤੇ ਹੁਣ ਤਾਂ ਸਮਝ ਲਓ ਕਿ ਮਾਲ ਡੰਗਰ ਵੀ ਨਹੀਂ ਰਿਹਾ
ਤੇ ਕਮਾਲ ਲੇਕਿਨ ਹੁਣ ਤੇ ਸ਼ਬਾਸ਼ ਸ਼ਰੀਫ ਕੰਮ ਤੇ ਕਰ ਰਿਹਾ ਤੇ ਮੰਨੋ ਉਹ ਕੰਮ ਤੇ ਕਰ ਰਿਹਾ ਜਨਾਬ ਬੜੇ ਕੰਮ ਕਰ ਰਿਹਾ ਵੇਖੋ ਨਾ ਕਿ ਬਿੱਲ ਤੇ ਬਿੱਲ ਘੱਲੀ ਜਾ ਰਹੇ ਨੇ ਹੁਣ ਇੱਕ 200 ਯੂਨਿਟ ਤੋਂ ਥੱਲੇ ਜਿਹੜਾ ਬਿੱਲ ਹੈ ਉਹ ਕਿੰਨੇ ਦਾ ਆਉਣਾ ਚਾਹੀਦਾ ਇੱਕ ਯੂਨਿਟ ਉੱਤੇ 9000 ਇੱਕ ਯੂਨਿਟ ਉੱਤੇ 9000 ਹਾਂਜੀ ਇਹ ਇਲੈਕਟ੍ਰਿਕ ਮਿਲ ਗਈ ਕੰਮ ਤਾਂ ਕਰ ਰਹੇ ਨੇ ਸਟੀਮ ਮਿਲ ਗਈ ਪੀ ਆਈ ਏ ਗਏ ਠੀਕ ਹੈ ਜੀ ਕਿਹੜੀ ਚੀਜ਼ ਉਹ ਲੋਸ 'ਚ ਜਾ ਰਹੀਆਂ ਨੇ ਕਹਿੰਦੇ ਇਹਨਾਂ ਨੂੰ ਵੇਚੋ ਇਹਨਾਂ ਦੇ ਸਾਰੇ ਕਾਰੋਬਾਰ ਸਰ ਉਹ ਕਿੱਧਰ ਜਾ ਰਹੇ ਨੇ ਇਹਨਾਂ ਦੇ ਕਾਰੋਬਾਰ ਕਿੱਧਰ ਜਾ ਰਹੇ ਨੇ ਸਰ ਜੀ